वादी काल दे ठंडा वादी ना गाना ਪਰਾ ਕਟੀ ਰਾਤ ਭੈਣ ਦਾ ਕਿੱਥੇ ਦੁਖੀ ਕਰ ਰੱਖਿਆ ਦੀ ਵਧੀਆ ਰਹੀ ਕੁੱਤੀ ਲੈ ਗਈ ਚੱਕ ਕੇ ਨਹੀਂ ਸਾਰੇ ਰਾਹ ਤੰਗ ਕਰਦਾ ਆਉਂਦਾ ਦੀ ਇਹ ਵੀ ਰੱਬ ਕੋਈ ਨਾ ਕੋਈ ਫਰਿਸ਼ਤਾ ਹੀ ਭੇਜਦਾ ਹੈ ਵੀ ਚੱਲ ਜਾਣ ਦੇ ਕਟਣ ਦੇ ਰਾਤ ਮੇਰਾ ਹਿੱਸਾ ਹੈ ਵੀ ਔਰ ਓ ਮੁੰਡਿਆ ਉਰੇ ਆ ਉਰੇ ਆ ਤੂੰ ਗਿਆ ਨਹੀਂ ਹਲ ਤੱਕ ਉਰੇ ਤਾਂ ਹੱਥ ਦਾ ਪਾ ਇਧਰ ਓ ਯਾਰ ਕੀ ਪਾ ਲਾ ਤੇ ਬਾਪੂ ਮੈਂ ਨਹੀਂ ਬੁਲਾਇਆ ਮੈਂ ਨਹੀਂ ਯਾਰ ਕਰਦਾ ਕਰਾ ਕੁਲ ਕੱਟ ਕੇ ਕੱਟੀ ਦਾ ਹੀ ਨਹੀਂ ਰਾਤ ਤੇਰੀ ਯਾਰ ਕੀ ਰਾਤ ਕੱਟੀ ਸੀਗੀ ਹਲ ਬਾਪਾ कुत्ती तो मैं छड़ा कहना है एडा बेगुरा बंदा है मेरे फल कुत्ती ले गई जाके अच्छा आ तो लफाफा मैं छड़ा कहले हाँ इधरों मेरा देखी कुर्ता भी पारता उन्हें कुर्ता भी पारता मगर पेगी थी मेरे तक कुत्ती तेरा मगर पेगी थी मेरा की बनूंगा जरा तू मगर पे रहे मेरे भाई मेरी गल सुन ला ठीक है मैं तो रहूंगा हूं रहूंगा है मैं जो उपर बाकया तार महाराज को बाकया मैं मैनु कहते हाँ भाई की नाम है मैं नाम पता सारा कुछ दसता वो तो इन कह की देर थी बस ਜਿਹੜਾ ਮੈਨੂੰ ਚੱਕ ਕੇ ਲੈ ਕੇ ਗਿਆ ਦੀਕਾ ਬਿੰਗੇ ਜੇ ਮੂੰਹ ਵਾਲਾ ਉਹਦੇ ਤਿੰਨ ਚਾਰ ਤਾਂ ਸੱਟੇ ਚਪੜੇ ਨਾਲ ਉਹਨੂੰ ਗਾਲਾਂ ਇੰਨੀਆਂ ਗੰਦੀਆਂ ਕੱਢੀਆਂ ਮੈਂ ਦੱਸ ਨਹੀਂ ਸਕਦਾ ਕਿਉਂ ਕਹਿੰਦਾ ਬੰਦਾ ਗਲਤ ਲਿਆ ਤੂੰ ਮੇਰੇ ਤਾਂ ਰਹਿੰਦੇ ਤੇ ਹਲੇ ਦੱਸ ਸਾਰਾ ਮੈਨੂੰ ਤਾਂ ਉਹ ਐ ਕਹਿੰਦਾ ਕਹਿੰਦਾ ਐ ਕਰ ਵੀ ਮਾਂ ਜੀ ਫਿਰ ਮੇਰਾ ਹਾਲ ਤਾਂ ਦੱਸੋ ਹੁਣ ਮੇਰਾ ਕੀ ਬਣੂਗਾ ਮਾਂ ਮੈਂ ਤਾਂ ਅੱਧ ਵਿਚਾਲੇ ਡੋਬਤਾ ਤੁਸੀਂ ਮਾਂ ਜਾ ਭਾਈ ਫਿਰ ਮੈਨੂੰ ਤਾਂ ਕਮਰਾ ਦੇ ਤੂੰ ਰੱਖ ਲਓ ਧਰਮ ਰਾਜ ਕਹਿੰਦਾ ਅਸੀਂ ਐ ਨਹੀਂ ਰੱਖ ਸਕਦੇ ਇਹ ਜੇ ਕਹਿੰਦਾ ਤੇਰੇ ਪਏ ਨੇ 10 ਸਾਲ ਤੂੰ ਥੱਲੇ ਜਾ ਮੇਰੀ ਗੱਲ ਸੁਣਦਾ ਬਾਪੂ करतूता पिंडू ही देख लीजिए पिंडो चले थे पहले तो मैं ऐसी चल यार मैं पिंडा छड़ दूंगा हूं तो मेरे भी बसों बहार हो गए धर्मराज ने कहता पहला मैं सोचा पिंडा छड़ दूंगा चल कोई गल नहीं ਉੱਥੋਂ ਮੈਂ ਜਦੋਂ ਪਿੰਡ ਚੋਂ ਬਾਹਰ ਨਿਕਲੇ ਮੈਂ ਤਾਂ ਤੇਰਾ ਉਹਦੀ ਦੇਖ ਲਈ ਹਿਸਾਬ ਕਿਤਾਬ ਮੈਂ ਇਹ ਕਿਹੜੇ ਪਾ ਕੇ ਆਉਣਗੇ ਕਿਤੇ ਫੁੱਲ ਇੱਥੇ ਸੂਏ ਜਿਹੜੇ ਕਿ ਆਉਣਗੇ ਉਹ ਕਾਨੂੰ ਸਿੱਟਦੇ ਤੇ ਤੇਰੇ ਵੀ ਲੱਛਣ ਹੈ ਨਹੀਂ ਵੀ ਤੂੰ ਚੰਗੀ ਧਾਰਮਿਕ ਜਗ੍ਹਾ ਤੇ ਜਾਵੇਂ ਚੱਲ ਚੱਲ ਮੈਂ ਐ ਨਹੀਂ ਕਹਿੰਦਾ ਦੂਰ ਨਾ ਪਾਉਂਦੇ ਚੱਲ ਸੂਏ ਕਮ ਸੇ ਕਮ ਵਿੱਚ ਪਾਣੀ ਤਾਂ ਹੁੰਦਾ ਸੁੱਕੇ ਜੀ ਡੇਗਣ ਆਏ ਤੇ ਦੱਸਾਂ ਸੁੱਕੇ ਜੀ ਕੀ ਡੇਗਣ ਆਏ ਤੇ ਤੈਨੂੰ ਤਾਂ ਮੈਂ ਚੰਗੀ ਧਾਰਮਿਕ ਜਗ੍ਹਾ ਤੇ ਲੈ ਕੇ ਜਾਂਦਾ ਵੀ ਤੇਰੀ ਗੱਤੀ ਕਰਾਉਂਦਾ ਵੀ ਤੂੰ ਜਾਂਦਾ ਤੇ ਲੱਛਣ ਨਹੀਂ ਹੈਗੇ ਤੂੰ ਜਾਵੇਂ ਜਿਉਂਦਾ ਜੀ ਕਰਦਾ ਜਿਉਂ ਮਰ ਕੇ ਵੀ ਉਵੇਂ ਲੱਗ ਰਿਹਾ ਕਰਨਾ ਮੇਰੀ ਗੱਲ ਸੁਣ ਤੂੰ ਮੈਨੂੰ ਸਾਰਾ ਪਤਾ ਹੈ ਕਹਿੰਦੇ ਨਹੀਂ ਹੁੰਦੇ ਕਹਿੰਦਾ ਜਿਹੇ ਜੇ ਅੰਮੇ ਵਹੇ ਜੇ ਜਾਏ ਮੇਰਾ ਹੀ ਪੁੱਤ ਹੈ ਹੈ ਹੋਰ ਦਾ ਤਾਂ ਨਹੀਂ ਤੂੰ ਕਹਦਾ ਅਸੀਂ ਨੇ ਵੀ ਐਂ ਕਰਿਆ ਹੋਇਆ ਮੈਂ ਵੀ ਇੰਟ ਪਾਤਾ ਛੱਡਲਾ ਬੜਾ ਜਾ ਬੱਪੂ ਮੇਰੀ ਗੱਲ ਸੁਣ ਲੈ ਤੇ ਜਾਣ ਦਾ ਕੀ ਲੈਣਾ ਯਾਰ ਕਹਿੰਦਾ ਜਾਣਦਾ ਕੀ ਲੈਣਾ ਮੈਂ ਤਾਂ ਜਾਂਦਾ ਨਹੀਂ ਉਹਨੇ ਸੱਤ ਮੈਨੂੰ ਕੋਈ ਹੋਰ ਗੱਲ ਕਰਤੀ ਧਰਮਰਾਜ ਨੇ ਮੈਨੂੰ ਕਹਿੰਦਾ ਐਂ ਕਰ ਕਹਿੰਦਾ ਤੂੰ ਦੋ ਬੰਦਿਆਂ ਨੂੰ ਦੇ ਸਕਦਾ ਹੈ ਧਰਤੀ ਤੇ ਹਾਂ ਤੂੰ ਆਪਦੀ ਪਸੰਦ ਦੇ ਦੱਸ ਦੇ ਕਹਿੰਦਾ ਦੋ ਬੰਦੇ ਤੇ ਮੇਰੇ ਨਾਲ ਲੈ ਆਉਣਾ ਤੇਰੇ ਨਾਲ ਪਿਆਰ ਦੀ ਫਿਰ ਤੇਰੇ ਲੈਣਾ ਦੀ ਹੋਰ ਕਿਹਦਾ ਲੈਣਾ ਸੀ ਮੈਨੂੰ ਕਹਿੰਦਾ ਦੋ ਬੰਦੇ ਦੱਸ ਦੇ ਇੱਕ ਤਾਂ ਤੇਰਾ ਲੈਦਾ ਦੂਜਾ ਮਾਂ ਜੀ ਮੈਂ ਆਪਦੀ ਚੁਆਇਸ ਦਾ ਜਿਹੜਾ ਬੰਦਾ ਮੈਨੂੰ ਠੀਕ ਲੱਗਿਆ ਕਰੂ ਉਹਨੂੰ ਦੱਸਿਆ ਕਰੂ ਮੈਂ ਠੀਕ ਹੈ ਮੈਨੂੰ ਦੁਖੀ ਕਰ ਰੱਖਿਆ ਬਾਪੂ ਸਿੱਧੀ ਜੀ ਗੱਲ ਹੈ ਮੇਰੇ ਲਵੇ ਦਾ ਇੱਕ ਜਿਉਂਦੇ ਜੀ ਤਾਂ ਤੇਰੇ ਜਨਾਨੀ ਛੱਡੀਆਂ ਹੁਣ ਤੂੰ ਕੁੱਤੀਆਂ ਨਾਲ ਵੀ ਭਾਦਦਾ ਹਾਂ ਇੱਥੇ ਵੀ ਬਦਨਾਮ ਮੈਨੂੰ ਕਰਦੇ ਹੋਰ ਬਦਨਾਮ ਤੂੰ ਐ ਜਿਉਂਦੇ ਜੀ ਤਾਂ ਤੇਰੇ ਕੋਈ ਮਰੇ ਤੇ ਨਹੀਂ ਆਇਆ ਤੇ ਜੇ ਤੂੰ ਇਹਨਾਂ ਚੱਗਾ ਹੁੰਦਾ ਨਾ ਤੇਰੇ ਫੁੱਲ ਚੁਗਣ ਆਉਂਦੇ ਲੋਕ ਤੇਰੇ ਫੁੱਲਾਂ ਤੇ ਕੌਣ ਆਇਆ ਕਿਸੇ ਨੇ ਬਣਾ ਕੇ ਰੱਖਿਓ ਵੇ ਤਾਂ ਤੇਰੇ ਨਾਲ ਓ ਯਾਰ ਤੂੰ ਮੇਰੀ ਸੁਣ ਗੱਲ ਆ ਉਹ ਕੀ ਸੁਣਾ ਯਾਰ ਤੇਰੀ ਮੈਂ ਮੈਨੂੰ ਇਹ ਦੱਸ ਦੇ ਜੇ ਤੇਰੀ ਪਿੰਡ 'ਚ ਬਣਾ ਕੇ ਰੱਖਿਓ ਦੀ ਕਿਸੇ ਨਾਲ ਤਾਂ ਲੋਕ ਆਉਂਦੇ ਮੈਨੂੰ ਪਤਾ ਕਿੰਨੀ ਬਸ਼ਰਮੀ ਆਈ ਜਦੋਂ ਕੋਈ ਆਇਆ ਨਹੀਂਗਾ ਇੱਕ ਤਾਂ ਉਹ ਪੰਡਤਾਂ ਦਾ ਮੁੰਡਾ ਜਿਹੜਾ ਮੈਂ ਰਲਿਆ ਹੋਇਆ ਇੱਕ ਮੈਂ ਦੋ ਬੰਦੇ ਦਿਹਾੜੀ ਦੇ ਲੈ ਕੇ ਤੇਰੂ ਲੱਕੜਾਂ ਸੁੱਟਿਆ ਦੀ ਲੱਕੜਾਂ ਜਾ ਓ ਯਾਰ ਇਹ ਤਾਂ ਲੋਕਾਂ ਦੀ ਮੇਰੀ ਗੱਲ ਸੁਣ ਤੂੰ ਫਾਰਮੈਲਿਟੀ ਹੁੰਦੀ ਆ ਜਦੋਂ ਬੰਦਾ ਮਰ ਗਿਆ ਤਾਂ ਦੋ ਬੰਦੇ ਚੱਕ ਕੇ ਫੂਕ ਦੇਣਗੇ ਉਹ ਕੋ ਚੱਕ ਕੇ ਇਕੱਠ ਕਰਕੇ ਤੁਰ ਪੈਂਦੇ ਨੇ ਵੀ ਆਪਦੇ ਘਰੋਂ ਮੈਂ ਤਾਂ ਭਾਈ ਜਾਂਦਾ ਨਹੀਂ ਹੁੰਦਾ ਨਹੀਂ ਕਿਸੇ ਦੇ ਆਪਾਂ ਨਹੀਂ ਜਾਂਦੇ ਤੇ ਜਿਹੜਾ ਮਰ ਗਿਆ ਮਰ ਗਿਆ ਸਾਲਾ ਜਨਾਨੀ ਬਾਸਤੀ ਮੈਂ ਸਾਰੀ ਜਾਣਦਾ ਤੇਰੇ ਲੱਛਣ ਤਾਂ ਨਹੀਂ ਜਾਂਦਾ ਦੀ ਕੋਈ ਬਾੜਦਾ ਨਹੀਂ ਦੀ ਘਰੇ ਤੈਨੂੰ ਮੇਥੋਂ ਪੜਦੇ ਰੱਖ ਲਾ ਜਦੋਂ ਤੂੰ 10ਵੀਂ ਕਲਾਸ ਚ ਸਕੂਲ ਚ ਪਵਨ ਲੈ ਛੜਾ ਕੇ ਕੌਣ ਲੈ ਜੀ ਤੇਰਾ ਬਾਪ ਕਹਿੰਦੇ ਤੇਰੇ ਮਗਰ ਮੈਂ ਗਿਆ ਤੀਗਾ ਮੈਨੂੰ ਪਤਾ ਉਹ ਵੀ ਕਿਉਂ ਗਿਆ ਦੀ ਮੈਡਮਾਂ ਦਾ ਮਾਰਾ ਗਿਆ ਦੀ ਮੈਡਮਾਂ ਦੇ ਟਰਾਈਆਂ ਮਾਰਦਾ ਤੂੰ ਸਾਡੀਆਂ ਤੇ ਮੈਂ ਤਾਂ ਯਾਰ ਮਾਰਦਾ ਦੀ ਆਪਾਂ ਕਿਹੜਾ ਮੁੱਕਰ ਦੇ ਆਪਾਂ ਦਾ ਮਾਰ ਦੇ ਲੁੱਚਾ ਹੈਗਾ ਤੂੰ ਲੁੱਚਾ ਹੈ ਆਪਾਂ ਤਾਂ ਹੈਗੇ ਆਂ ਬਈ ਆਪਾਂ ਤਾਂ ਮੇਰੀ ਗੱਲ ਸੁਣ ਤੂੰ ਪਹਿਲਾਂ ਤਾਂ ਚਲ ਐਂ ਬੰਦਸ਼ ਤੀਏ ਕਿਸੇ ਦੇ ਘਰੇ ਜਾਂਦੇ ਅਗਲਾ ਪੁੱਠਾ ਸਿੱਧਾ ਬੋਲਦਾ ਦੀ ਮਾੜਾ ਬੋਲਦਾ ਦੀ ਹੁਣ ਤਾਂ ਕਿਸੇ ਨੂੰ ਦੀਂਦੇ ਨਹੀਂ ਹੈਗੇ ਜੇ ਅਗੇ ਦੇ ਮੰਜੇ ਤੇ ਬੈਠੇ ਰਹੀਏ ਮੇਰੀ ਗੱਲ ਸੁਣ ਲੈ ਜੇ ਮੇਰੇ ਨਾਲ ਗਿਆ ਨਾ ਮੈਂ ਧਰਮਰਾਜ ਵੀ ਥੱਲੇ ਤਾਰ ਦੂੰ ਮੈਨੂੰ ਕਿਉਂ ਭੇਜਿਆ ਰੇ ਮਸਾ ਤੇਰੀ ਰਾਤ ਗੱਡੀ ਦੀ ਤੂੰ ਤਾਂ ਮੈਂ ਤੈਨੂੰ ਦੱਸਾਂ ਗੱਲ ਜਿਹੜਾ ਮਰਜੀ ਜ਼ੋਰ ਲਾ ਲਾ ਠੀਕ ਹੈ ਹੁਣ ਤਾਂ ਮੈਂ ਜਾਂਦਾ ਨਹੀਂ ਜੇ ਤੂੰ ਕਹੇ ਜਾਂ ਮੈਂ ਕਹੇ ਮੇਰੀ ਗੱਲ ਸੁਣ ਤੈਨੂੰ ਹੋਰ ਦੱਸਣਾ ਗੱਲ ਕਿਤੇ ਚੱਕਰਾਂ ਚ ਪਏ ਦੇ ਕਿਤੇ ਕਦੇ ਮੈਂ ਸਿਆਣੇ ਲਵੇ ਜਾਂਦਾ ਫਲਾਣੇ ਲਵੇ ਜਾਂਦਾ ਮੈਂ ਗਤੀ ਕਰਾ ਦੂੰ
मैं लड्डू बंडल नूं तैयार थी जलेबियां करदा मेरा साहे तेरे मरे ते जलेबियां करदा जिहड़े तूं लच्छड़ पिंड देखणे आउंदा फिरदा सी हुण भी कर ला खा लांगे एड्डी की गल्ल आ हुण नहीं करदा हुण तां मैं दुखी कर लिया तेरे हुण तां तूं जमी नहीं मरना पहला मेरे तां गल घुट्ट नूं फिरदा तूं मरे भैण तूं बुढ़ा मरे ताइयों नहीं मरिया फिर ताइयों नहीं मरिया बैठा मैं कुड़ी जरदे सड़ता होना हूं कुल पे लिखाण लग गया लाने मन जू जवाक जा मन ही नहीं है चल कोई गल नी ए छा 10 मिनट पिंड हो डाक चमकिया ला के आना कितने देख दे लेने स्वाद पिंड च आए हाय हूं तो भैंड कोई मूह नहीं लाता हूं तो लवाने नजारे हूं कह दी किसी फिर चल पा पिछे साफे करता जांदा एदे डरदे मारे हुण ए भी लांघे हुण दस पिंड किहड़े हिसाब नाल जाऊंगा मैं ओ कोई चक्कर वाली गल नहीं ओ यार मैं तां फुल जे पवाउण वग गया दी ओ गल पै गया यार मैं जान मेरी तां गल सुन ले तू किधर लांघे दी ओ ते छड्ड के मैनू तेरा दिमाग कल गया मेनू ना बुलाया करो कानू दिमाग कल जा रही मोटरसाइकिल की कर दस मेनू सौ कबीलदारियां दे काम आ कर ला हुण काम कोई करना नहीं वेल्ले आ जे मर्जी घरे बजो जाके चक लिया चोर बनाएगा मेनू चोर बनाएगा तू हर कर तू कर मेरे का नाम बदनाम क्यों करता है चोर तो जेड़ा मान ला मेरी गल चोर जेड़ा चोरी चक लेके जाए खेडना सरेआम चक ले मैं दिखन लग गया मेरा मजाक उड़ाउंदे ने मैं तेरा कुछ माड़ा करता करे माड़ा कोई गल्ल आ दस आई करी नाल मेरी कुल पल्ल लै दी जांगा मैं नहीं लैंदा ओदरी कुल पल्ल ओ तां मैं गल तो चक्करूं गल्ल तां मैं तां कहंदे वी देखदा वी किन्ना कख लगदा तूं तू आखे तां कोई लगदा नहीं गल्ल दे तेरी अज ना मैं सारी सारी जिहड़ी राख जूरे पई आ दूजी सारी इकट्ठी करके सारी सूए च सट के आवां जे ना तेरी गति कराई तां मैनूं वी ना जानी मैं भी मूहरी मिलूंगा जा मिलेगा तू चल रे राख तू गल्ल करके राख भरा सूए च सट के आवां इह नहीं पैंदा छड़दा इह तां फिर नाल फिरदा
ਦੇਖਦੇ ਆ ਇਹਦੇ ਨਾਲ ਕੀ ਹੋ ਜੂਗਾ। ਹੋਰ ਇਹਨਾਂ ਮੈਨੂੰ ਦੁਖੀ ਕਰ ਰੱਖਿਆ ਜਮੀ। ਹਲੋ ਹਮੜਿਆ
चक लिया उन्होंने दुकान चो पा लिया गीजे च पोच के और अपने कह पैसे देने ने किसी आ जा उरे आ जा शर्म नी आई की चक ली की पुड़ी चक लिया तू पुड़ी चक लिया जरदे दी तू चक लिया चोरी मैं कानू चक लिया चक ही लेके आया करके रे चोरी दस दे कौन लिया चक मेनु ल दूरबीन नाल देखनी पऊ ओ यार की यार बई मेनू ऐ लगदा तेरा तो दिमाग गया हल मेरा भी दिमाग हल्याएगा बे मेरा दिमाग नहीं हल्या नहीं हल्या बैठे आ बैठे तेरे सामने आ लग रहा है एक्शन जे करना बाप तो जाऊंदे जी नहीं डपन देंदे तू मर के मेरे नाल चल रहा है मेरा सीर खराब करेगा ना नाला मेरी गल सुन तू ओ केड़ा बंदा जेड़ा जवाखा नाल ही ना खड़ सके खड़ा गे तेरे नाल खड़े हां देख अज बोतल लिया दे मान लो अज बोतल लिया दे तू लिया के नहीं दिंदा बहु हाड़े कड़ा हूं सारी कली कली चीज का बदला मैं लेके छू उ नहीं मैं जाना हूं मेरा सीर खराब करेंगे इन्होंने मेनू पागल घोषित कर देना पागल भी ये पागल है ये बौला है भी गल्ला मारता फिरता कंधा नाल गल्ला नाल तू मेरी गल सुन तू हले उन्ना चिर मैं जमा नहीं दिखाई देता जिन्ने दे जिद्दे तक तरिया ही नहीं करी ते बिजलियां लवा के ल्यावांगे जिद्दे लवाउण जांदे होए ओदे दर्शन देऊं जा पर ऐ कर ओ एक कम होर कर दे चल तू भी की याद रखेगा मेरे दादे ने कहया हथने बल्ला ले उनू घरे उनू दिखावांगे कताबा पक्का दिखाई दे देगा दिखाई ही नहीं तू यार तेनू कहदा मेनू कताबा दिखा देंगे ओदे पैर हल्या देंगे नाले तेरे हल्या देंगे उनू बुला ली पक्की गल है गर्दियाल के बोतल महंगी पूरी चल तो सही आई नी पेंडा छा आ गया आ गया आओ लो हम आ गए गेट ला रखा इन्होंने गेट ला देने अंदर बड़ा जो हट जा फिर पूरे की लेना है कख तो पालों दे पाला फिर कख तो मैं कदों कहना ओ यार इनू कानू टेटा करदा है तू छड़ दे पेंडा मेरा छड़ दे पेंडा हाथ जोड़दा मैं तो तेनू कुछ कहा ही नहीं आपा तो कहीं नहीं कुछ आपा तो 3 13 जा आपा कहीं नहीं कुछ आपा ने किसी ने कुछ कहंदे आपा ने की जाने और इना नु ला इधर पा दी दोबारे और फिर पा दी हले की होया हले संदेहा मेरे हले नहीं पौने कख बब्बू गल सुन ले मेरी मेनू कख पालने अगले ने मेनू नौकरी तो कट देना
ਅੱਛਾ ਕੱਟ ਦੇਣੇ ਤੇ ਫਿਰ ਮੈਂ ਕੀ ਕਰਾਂ ਮੈਨੂੰ ਕੀ ਚੱਕਰ ਆਇਆ ਐਵੇਂ ਕਰਦਾ ਮੈਂ ਤਾਂ ਤੰਗ ਕਰ ਲਿਆ ਤੈਨੂੰ ਤੂੰ ਕੋ ਮੂੰਹ ਚੱਕਦੇ ਮੈਂ ਮਾਰ 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 ਆ ਲੈ ਇਹ ਆ ਲੈ ਮਾਰੀ ਤੂੰ ਤਾਂ ਮਾਰ ਵੀ ਨਹੀਂ ਸਕਦਾ ਤੇਰੇ ਕਿਹੜਾ ਕੁਝ ਲੱਗਦਾ ਮੈਂ ਤਾਂ ਪਾਉਂਦਾ ਹੀ ਨਹੀਂ ਕੱਖਾ ਨਾ ਬਸ ਫਿਰ ਉਹੀ ਤਾਂ ਤੈਨੂੰ ਮੈਂ ਕਹਿਣਾ ਵੀ ਰੁਕ ਜਾ ਤੂੰ ਹਾਲੇ ਟਾਈਮ ਨਹੀਂ ਹੋਇਆ ਕੱਖਾਂ ਦਾ ਪਾਣ ਦਿੰਦਾ ਤਾਂ ਨਾ ਪਾਣ ਦੇ ਆਪਾਂ ਵੀ ਅਗਲੇ ਮਾਲਕ ਨੂੰ ਕਹਿ ਹੀ ਦਵਾਂਗੇ ਓ ਚਾਹ ਬਣਾ ਲੈ ਮੇਰੇ ਵਾਸਤੇ ਚੰਗਾ ਤੂੰ ਮੈਂ ਪਿਆਉਂਦਾ ਨੇਕੜੂ ਐਂ ਕਿਉਂ ਕਰਦਾ ਮੇਰੇ ਯਾਰ ਫਿਰ ਮੈਂ ਤੰਗ ਕਰੂੰਗਾ ਉਹਦਾ ਕੀ ਫਾਇਦਾ ਹੈ ਤੀ ਤਾਂ ਮੈਂ ਲਵਾਂਗਾ ਹੀ ਫਿਰ ਹਿੱਕ ਦੇ ਜ਼ੋਰ ਨਾਲ ਪੀ ਲਾਂਗੇ ਗੱਲ ਤਾਂ ਐ ਵੀ ਪਿਆਰ ਨਾਲ ਗੱਲ ਬਣ ਜਾਂਦੀ ਵਰਗੀ ਨਹੀਂ ਸੀ ਪਰ ਤੁਸੀਂ ਪਿਆਰ ਨਾਲ ਸਾਹਬ ਜੀ ਨੂੰ ਦੇ ਕੋਈ ਚੱਕਰ ਨਹੀਂ ਕਹਦਾ ਪੀਉਂਗਾ ਅਗੇ ਤੇਰੇ ਮੰਗਰੀ ਚੱਲ ਇੱਧਰ ਚੱਲੇਗਾ ਬਾਪੂ ਪਹਿਲਾਂ ਤਾਂ ਤੈਨੇ ਮੇਰਾ ਜਿਉਂਦੇ ਜੀ ਨਹੀਂ ਵਿਆਹ ਹੁਣ ਦਿੱਤਾ ਮੈਨੂੰ ਲੱਗਦਾ ਹੁਣ ਵੀ ਤੂੰ ਮੈਨੂੰ ਪਾਗਲ ਸਾਬਤ ਕਰਕੇ ਹਟੇਗਾ ਨਾ ਹੁਣ ਤਾਂ ਆਪਾਂ ਹੁਣ ਵੀ ਨਹੀਂ ਦਿੰਦੇ ਕਿਉਂ ਨਹੀਂ ਹੁਣ ਦਿੰਦਾ ਬਾਪੂ ਮੇਰਾ ਘਰ ਵਸ ਲੈਂਦੇ ਕਿਉਂ ਮੈਨੂੰ ਪਾਗਲ ਬਣਾਉਣ ਦੇ ਤੁਲਿਆ ਹੋਇਆ ਤੂੰ ਮੈਂ ਬਹੁਤ ਠਿੱਠ ਕਰੇ ਜੀ ਮੇਰੇ ਨਾਲ ਮੇਰੀ ਗੱਲ ਸੁਣ ਹੁਣ ਮੈਨੂੰ ਤੰਗ ਨਾ ਕਰ ਬੜਾ ਵਧੀਆ ਬੂਆ ਲੱਗਿਆ ਹਾ ਕਰਦੇ ਹਲਕੇ ਮੈਂ ਵਧੀਆ ਠੋਕਿਆ ਦੀ ਹੁਣ ਮੈਨੂੰ ਸੌਂ ਜਾਂਦੇ ਇੱਕ ਦਾ ਤੈਨੂੰ ਨਾ ਤਾਂ ਜਰਦੇ ਦੀ ਲੋੜ ਪੈਂਦੇ ਜਰਦਾ ਚੱਕ ਲਿਆ ਨਾ ਦਾਰੂ ਦੀ ਲੋੜ ਪੈਂਦੇ ਦਾਰੂ ਚੱਕ ਲਿਆ ਨਾ ਕਿਸੇ ਨੂੰ ਦੀਨਾ ਨਾ ਕਰਦਾ ਕੱਲਾ ਮੇਰੇ ਮਗਰ ਪਿਆ ਹੋਇਆ ਤੂੰ ਤਾਂ ਮੇਰਾ ਨਾਜ਼ ਕਰ ਰੱਖਿਆ ਤੈਨੇ ਲੈ ਲੈਣ ਦੇ ਨਜ਼ਾਰੇ ਜ਼ਿੰਦਗੀ ਦੇ ਤੈਨੂੰ ਇਹ ਤਾਂ ਨਜ਼ਾਰੇ ਬਣੇ ਪਏ ਨੇ ਮੇਰਾ ਕੀ ਬਣੂਗਾ ਮੈਂ ਤਾਂ ਦੱਸ ਦੇ ਤੇਰਾ ਕੀ ਬਣੂਗਾ ਜਿਹੜਾ ਕੁਝ ਬਣਨਾ ਦੀ ਬਣਤਾ ਗਿਆ ਹੋਰ ਕੀ ਬਣੂਗਾ ਹੋਰ ਬਣ ਗਿਆ ਮੇਰਾ ਤਾਂ ਸਾਰਾ ਪਹਿਲਾ ਨਾ ਉਹ ਕਰ ਰੱਖਿਆ ਤੈਨੇ ਦਿਮਾਗ ਲਿਆਰ ਗਿਆ ਮੇਰਾ ਜਬਾ ਜਦੂ ਹਾਂ ਕੀ ਗੱਲ ਕੱਲਾ ਜਿਹਾ ਬੋਲੀ ਨਾ ਮੇਰੀ ਗੱਲ ਸੁਣ ਕੋਈ ਐਡਾ ਗਮ ਮੈਨੂੰ ਪਤਾ ਹੈ ਮਾਂ ਬਾਪ ਮਰੇ ਦਾ ਗਮ ਹੋ ਜਾਂਦਾ ਚੱਲ ਫਿਰ ਕਿਹੜਾ ਤੇਰਾ ਬਾਲਾ ਪਿਆਰ ਤੀ ਕਿੰਨੇ ਵਜੇ ਤਾਂ ਸੁੱਡੀ ਡਾਂ ਖੜਕੀ ਹੈ ਉਹ ਮੈਂ ਕਦੋਂ ਕਹਿਣਾ ਵੀ ਮੇਰਾ ਪਿਆਰ ਤੇ ਉਹਦੇ ਨਾਲ ਮੈਂ ਤਾਂ ਮਸਾ ਹੱਥ ਜੋੜ ਜੋੜ ਕੇ ਰੱਬ ਨੂੰ ਹੱਥ ਜੋੜ ਜੋੜ ਕੇ ਰੱਬਾ ਇਹਨੂੰ ਚੱਕ ਲਾ ਇਹ ਰੱਬਾ ਚੱਕ ਲਾ ਮਸਾ ਦੇ ਮਰਵਾਇਆ ਤੀ ਹੱਥਾਂ ਸੁੱਖਾਂ ਅੱਧੀਆਂ ਤਾਂ ਰਹਿੰਦੀਆਂ ਨੇ ਸੁੱਖਾਂ ਦੇਣੀਆਂ पर मेनू तां पता नहीं कौन पिया मैनू तां नींद है एक गल होर हां बापू तां एक गल कही थी धर्मराज ने कर ਬਾਪੂ ਵੀ ਧਰਮ ਰਾਜ ਨੇ ਇਹਨੂੰ ਇਹ ਕਹਿ ਦੀ ਵੀ ਦੋ ਜਣੇ ਨੀ ਗੂਆ ਬਾਪੂ ਕਿਵੇਂ ਮਰਜ਼ੀ ਕਰੇ ਇਹਨੂੰ ਚਮਤਕਾਰ ਰੱਖਿਆ ਡਰਦਾ ਤਾਂ ਨੀ ਪੁੱਛ ਲੈ ਨੂੰ ਮੈਂ ਕੀ ਆ ਯਾਰ ਆਪਣੇ ਕੋਲੋਂ ਤਾਂ ਮਰਿਆ ਆ ਦੇਖ ਆ ਦੇਖ ਆ ਦੇਖ ਆ ਦੇਖ ਆ ਦੇਖ